ਤੇ ਰਮਨ ਜੀ, ਰੇਟਸ ਨੂੰ ਲੈ ਕੇ ਕਿੱਦਾਂ ਜਿਹੜੀ ਸਥਿਤੀ ਹੈ ਇਸ ਟਾਈਮ ਮਾਰਕੀਟ ਦੀ, ਜਿਹੜੀ ਉਹ ਚੱਲ ਰਹੀ ਆ, ਸਟੈਗਨੈਂਟ ਨਹੀਂ ਜਾਂ ਹੋਰ ਥੱਲੇ ਨੂੰ ਚਲੇ ਗਏ? ਰੇਟ ਤਾਂ ਅਜੇ ਜਿਹੜਾ ਇਸ ਵੇਲੇ ਨਿਊਜ਼ ਹੈਗੀ ਆ, ਸੈਕੰਡ ਕੁਆਟਰ ਦੇ ਰੇਟ ਸਟਿਲ ਟੰਬਲਿੰਗ ਹੈਗੇ ਡਾਊਨਵਰਡ, ਠੀਕ ਹੈ, ਅਜੇ ਸਟਿਲ ਜਿਹੜੇ ਆ ਉਹ ਡਾਊਨਵਰਡ ਜਾ ਰਹੇ ਹੈਗੇ ਆ। ਅਸੀਂ ਐਵਰੇਜ ਆਊਟ ਕਰਕੇ ਦੇਖਦੇ ਨੇ, ਕੱਲ ਅਸੀਂ ਰੇਟ ਦੇਖ ਰਹੇ ਸੀਗੇ ਇੱਥੋਂ ਲੋਕਲ ਆਪਣੇ ਡੈਨੂਬਾ ਏਰੀਏ ਦੇ ਵਿੱਚੋਂ ਲੱਗਾ ਸੀਗਾ ਟੈਕਸਸ ਲਬਕ ਦਾ। ਲਬਕ ਜਾਣਾ ਮਤਲਬ ਇਹ ਹੁੰਦਾ ਕਿ ਲਬਕ ਦੇ ਲੋੜ ਲੈ ਕੇ ਜਾਣਾ, ਲਬਕ ਤੋਂ ਵਾਪਸੀ ਕੋਈ ਨੀ ਮਿਲਣੀ ਹੈਗੀ, ਸੋ ਤੁਹਾਨੂੰ ਡੈਡ ਹੈਡ ਮਾਈਲ ਕਾਫੀ ਕਰਨੇ ਪੈਣੇ ਉੱਥੋਂ। ਸੋ ਜੇ ਲਬਕ ਦਾ ਕੋਈ ਲੋੜ ਮਿਲਦਾ ਫ੍ਰਿਜਨੋ ਏਰੀਏ ਦੇ ਵਿੱਚੋਂ ਲਬਕ ਜਾ ਰਹੇ ਆ $2,000 ਵਾਸਤੇ, ਸੋ ਉਹਦੇ ਵਿੱਚ ਤੁਹਾਡਾ ਈਵਨ ਐਕਸਪੈਂਸ ਵੀ ਕਵਰ ਨਹੀਂ ਹੁੰਦਾ ਹੈਗਾ, ਮਤਲਬ ਤੁਸੀਂ ਪੱਲਿਓਂ ਪੈਸੇ ਪਾ ਕੇ ਉਹ ਲੋਡ ਕਰ ਰਹੇ ਹੈਗੇ ਆ। ਸੋ ਮੈਨੂੰ ਨਹੀਂ ਸਮਝ ਆਉਂਦੀ ਕਿ ਕੌਣ ਐਸੇ ਲੋਕ ਇਨਸਾਨ ਹੈਗੇ ਆ ਜਿਹੜੇ ਕਿ ਏਦਾਂ ਦਾ ਕੰਮ ਕਰਦੇ ਆ ਜਾਂ ਏਦਾਂ ਦੇ ਰੇਟ ਜਿਹੜੇ ਆ ਕਿਉਂ ਲੈ ਕੇ ਜਾਂਦੇ ਹੈਗੇ ਆ, ਜਦੋਂ ਕਿ ਤੁਹਾਨੂੰ ਡੈਫੀਨੇਟਲੀ ਪਤਾ ਆ ਕਿ ਤੁਸੀਂ ਇਹਦੇ ਵਿੱਚ ਸਰਵਾਈਵ ਕਰ ਹੀ ਨਹੀਂ ਸਕਦੇ ਨੋ ਮੈਟਰ ਵਟ, ਠੀਕ ਹੈ ਨਾ। ਸੋ ਇਹ ਚੀਜ਼ ਜਿਹੜੀ ਆ ਇਹ ਆਪਣੇ ਕਮਿਊਨਿਟੀ ਨੂੰ ਸਮਝਣੀ ਪਊਗੀ, ਆਪਣੀ ਲੋਕਾਂ ਨੂੰ, ਉਹ ਖਾਸ ਕਰਕੇ ਜਦੋਂ ਵੀ ਤੁਸੀਂ ਕੋਈ ਲੋਡ ਪੋਸਟ ਕਰਦੇ ਹੈਗੇ ਜਾਂ ਲੋਡ ਪੋਸਟ ਹੁੰਦਾ ਆ, ਮੈਕਸੀਮਮ ਕਾਲ ਜਿਹੜੀਆਂ ਜਾਂਦੀਆਂ ਹੈਗੀਆਂ ਬ੍ਰੋਕਰ ਨੂੰ ਉਹ ਸਾਡੀ ਕਮਿਊਨਿਟੀ ਦੀਆਂ ਜਾਂਦੀਆਂ, ਮੈਕਸੀਮਮ ਕਾਲ ਜਿਹੜੀਆਂ ਉੱਥੇ ਸਾਡੀਆਂ ਹੁੰਦੀਆਂ। ਸੋ ਅਸੀਂ ਇੱਕ ਦੂਜੇ ਨੂੰ ਕੱਟ ਕਰਕੇ ਲੋਡ ਲੈ ਕੇ ਜਾ ਰਹੇ ਹਾਂ, ਕੀ ਹਾਸਲ ਕਰਾਂਗੇ ਇਸ ਤੋਂ, ਮਤਲਬ ਕਿ ਸਮਝ ਨਹੀਂ ਆ ਰਹੀ ਕਿ ਕਿਸ ਤਰ੍ਹਾਂ ਦੀ ਸੋਚ ਬਣ ਗਈ ਹੈਗੀ ਆ। ਰਾਜਕਿਰਨ, ਮੈਂ ਇੱਕ ਕੱਲ ਕੰਪਨੀ ਦੇ ਵਿੱਚ ਸੀਗਾ ਤੇ ਮੈਨੂੰ ਇੱਕ, ਮਤਲਬ ਤੁਸੀਂ ਐਕਸਪੀਰੀਅੰਸ ਦੀ ਗੱਲ ਕਰ ਰਹੇ ਜੇ ਆਪਾਂ ਹੁਣੇ ਕੈਸ਼ ਡਾਟਾ ਦੀ ਗੱਲ ਕਰਕੇ ਹਟੇ ਹਾਂ, ਇੱਕ ਓਨਰ ਆਪਰੇਟਰ ਬ੍ਰੈਂਡ ਨਿਊ ਟਰੱਕ ਐਂਡ ਟ੍ਰੇਲਰ ਬਾਏ ਕੀਤਾ, ਉਹਨੇ ਬ੍ਰੈਂਡ ਨਿਊ ਟਰੱਕ ਐਂਡ ਟ੍ਰੇਲਰ ਬਾਏ ਕਰਨ ਤੋਂ ਬਾਅਦ ਉਹ ਲੋਡ ਇੱਥੋਂ ਚੱਕ ਕੇ ਕੈਲੀਫੋਰਨੀਆ ਤੋਂ ਤੇ ਆਪਣੇ ਕਿੰਗਮੈਨ ਐਰੀਜ਼ੋਨਾ ਜਾ ਕੇ ਤੇ ਉੱਥੇ ਕਿਸੇ ਟਰੱਕ ਸਟਾਪ ਦੇ ਡਰਾਈਵਰ ਨੂੰ ਪੁੱਛ ਰਿਹਾ ਕਿ ਯਾਰ ਮੈਨੂੰ ਇੱਥੋਂ ਕਿਤੇ ELD ਲੈ ਦਿਓ, ਮਤਲਬ ਮੇਰੇ ਕੋਲ ELD ਹੈ ਨਹੀਂ ਗੀ। ਮਤਲਬ ਹੁਣ ਉਸ ਡਰਾਈਵਰ ਦੇ ਕੋਲੋਂ, ਉਸ ਓਨਰ ਆਪਰੇਟਰ ਦੇ ਕੋਲੋਂ ਕੀ ਐਕਸਪੈਕਟ ਕਰ ਸਕਦੇ ਹਾਂ ਤੁਸੀਂ ਵੀ ਕਿੱਦਾਂ ਦਾ ਰੇਟ ਉਹਨੇ ਲਿਆ ਹੋਊਗਾ, ਉਹਨੇ ਲੋਡ ਆਪਣਾ ਕਿੱਦਾਂ ਦਾ ਚੱਕਿਆ ਹੋਊਗਾ, ਕੀ ਉਹਦੀ ਸੋਚ ਆ ਜਿਹੜਾ ਇਨਸਾਨ ਇੱਥੋਂ ਜਾ ਕੇ ਤੇ ਰਸਤੇ ਦੇ ਵਿੱਚ ਜਾ ਕੇ ਸੋਚ ਕੇ ਕਹਿ ਰਿਹਾ ਕਿ ਯਾਰ ਮੇਰੇ ਕੋਈ ELD ਹੈ ਨਹੀਂ, ਮੈਨੂੰ ELD ਲੈ ਦਿਓ ਇੱਥੋਂ ਕਿਤੇ। ਸੋ ਮਤਲਬ ਤੁਸੀਂ ਸੋਚ ਕੇ ਦੇਖੋ ਕਿ ਕਿੱਦਾਂ ਦੀ ਜਿਹੜੀ ਆ ਉਹ ਜਿਹੜੀ ਵਰਕਿੰਗ ਕੰਡੀਸ਼ਨ ਹੈ ਕੀ ਬਣਾ ਦਿੱਤੀ ਆਪਾਂ ਇਸ ਕਿੱਤੇ ਦੀ, ਹੈ ਨਾ। ਸੋ ਇਸ ਕਰਕੇ ਰੇਟਸ ਜਿਹੜੇ ਆ ਜਿੰਨੀ ਦੇਰ ਤੱਕ ਅਸੀਂ ਆਪਣੇ ਆਪ ਨੂੰ ਸੁਧਾਰਦੇ ਨਹੀਂ, ਜਾਂ ਤਾਂ ਅਸੀਂ ELD ਨੂੰ ਪ੍ਰੋਪਰ ਯੂਜ਼ ਕਰਨਾ ਸ਼ੁਰੂ ਕਰ ਦਈਏ, ਜਾਂ ਫਿਰ ਇਹ ਆ ਵੀ ਮੈਕਸੀਮਮ ਲੋਕ ਇਸ ਬਿਜ਼ਨਸ 'ਚੋਂ ਝੜਨਗੇ ਤੇ ਫਿਰ ਹੀ ਜਾ ਕੇ ਜਿਹੜਾ ਆ ਇਹਦਾ ਕੋਈ ਭਾਰ ਉਤਾਰਾ ਲੱਗਦਾ ਹੈ। ਜੀ ਜੀ ਜੀ। ਸੋ ਜਿੱਦਾਂ ਫਿਰ ਹੁਣ ਰਮਨ ਜੀ, ਜਿੱਦਾਂ ਤੁਸੀਂ ਗੱਲ ਕਰ ਰਹੇ ਆ ਵੀ ਕੀ ਮਨ ਦੇ ਵਿੱਚ ਸੋਚ ਜਿਹੜੀ ਉਹ ਹੋਊਗੀ ਜਦੋਂ ਪਤਾ ਵੀ ਡੈਡ ਮਾਈ ਲੈਂਦੇ ਹਾਂ, ਇੰਨਾ ਜ਼ਿਆਦਾ ਨੁਕਸਾਨ ਆ, ਫਿਰ ਵੀ ਚਲਾ ਰਹੇ ਹਾਂ, ਕੀ ਕੋਈ ਪ੍ਰੋਬਲਮ ਆ ਵੀ ਇਹ ਚਲਾਉਣਾ ਹੀ ਪੈਂਦਾ ਆ, ਛੱਡ ਨਹੀਂ ਸਕਦੇ, ਆਲੇ ਦੁਆਲੇ ਉਹਨਾਂ ਨੂੰ ਸਹੀ ਜਿਹੜੀ ਸਲਾਹ ਨਹੀਂ ਮਿਲ ਰਹੀ, ਕੀ ਕਈ ਕਾਰਨ ਹੁੰਦੇ ਆ ਵੀ ਬੰਦਾ ਇੰਨੇ ਘਾਟੇ ਦੇ ਵਿੱਚ ਵੀ ਜਿਹੜਾ ਉਹ ਚਲਾਈ ਜਾ ਰਿਹਾ? ਮਤਲਬ ਮੈਂ ਤਦੇ ਨਾ ਕਹਿੰਦਾ ਕਿ ਮੈਂ ਤਾਂ ਮਤਲਬ ਕਿ ਕੁਛ ਫਿਗਰ ਆਊਟ ਨਹੀਂ ਕਰ ਪਾ ਰਿਹਾ ਵੀ ਵਾਏ ਕਿਉਂ ਬੰਦਾ ਹੁਣ ਜਿਹੜਾ $2,000 ਨੂੰ ਇੱਥੋਂ ਲਬਕ ਗਿਆ ਆ ਉਹ ਉਹਦਾ ਉਹਦਾ ਜਾਣ ਦਾ ਐਕਸਪੈਂਸ ਵੀ ਪੂਰਾ ਨਹੀਂ ਹੋਣਾ ਜੇ ਡਰਾਈਵਰ ਲੈ ਕੇ ਜਾਂਦਾ ਆ ਜਾਂ ਕੁਛ ਲੈ ਕੇ ਜਾਂਦਾ, ਤੇ ਜੇ ਤੁਸੀਂ 3-4 ਦਿਨ ਚੱਕ ਟਰੱਕ ਚਲਾ ਕੇ $300 or $400 ਹੀ ਬਣਾਉਣਾ ਆ ਤੇ ਫਿਰ ਇੱਥੇ ਕਿਤੇ ਜੋਬ ਕਰ ਲਓ ਯਾਰ, ਫਿਰ ਜ਼ਰੂਰੀ ਆ ਮਤਲਬ ਦੂਜੇ ਦਾ ਵੀ ਕੰਮ ਖਰਾਬ ਕਰਦੇ ਆ, ਠੀਕ ਹੈ ਨਾ, ਇੰਨੀ ਤੁਸੀਂ ਲਾਇਬਿਲਿਟੀ ਚੁੱਕੀ ਫਿਰਦੇ ਆ ਜੇ ਟਰੱਕ ਕਿਤੇ ਖਰਾਬ ਹੋ ਗਿਆ ਉੱਥੋਂ। ਹੁਣ ਲਗਭਗ ਤੋਂ 500-600 ਮੀਲ ਦਾ ਉਹਨਾਂ ਨੂੰ ਡੈਡ ਹੈਡ ਮਾਈਲ ਕਰਨਾ ਪੈਣਾ, ਕਿਸੇ ਨਾ ਕਿਸੇ ਪਾਸੇ ਜਾ ਕੇ ਲੋਡ ਚੁੱਕਣਾ ਪੈਣਾ, ਤੇ ਉਹ ਜਿਹੜਾ ਵਾਪਸ ਚੁੱਕਣਾ ਆ ਉਹ $2,000 ਦਾ ਤਾਂ ਮਿਲਣਾ ਹੀ ਨਹੀਂ, ਫਿਰ ਵੀ ਵਾਪਸ ਇੱਥੇ ਫਿਰ ਨੂੰ ਆਉਣਾ ਉਹ ਤਾਂ ਫਿਰ 1500-1600 ਦਾ ਮਸਾਂ ਮਿਲਣਾ, ਤੇ ਫਿਰ ਉੱਥੇ ਉਹ ਜੇ ਜਾਂਦੇ ਆ $2,000 ਪੂਰਾ ਨਹੀਂ ਹੋਇਆ ਤੇ 1500 ਆਉਂਦੇ ਕਿੱਦਾਂ ਪੂਰਾ ਹੋ ਜਾਊਗਾ, ਕਿਸੇ ਹਾਲ ਦੇ ਵਿੱਚ ਵੀ ਉਹ ਬੰਦਾ ਸਰਵਾਈਵ ਹੀ ਨਹੀਂ ਕਰ ਸਕਦਾ, ਮਤਲਬ 2 ਮਹੀਨੇ ਨਹੀਂ ਸਰਵਾਈਵ ਕਰ ਸਕਦਾ ਇਸ ਹਿਸਾਬ ਨਾਲ ਤਾਂ। ਪੱਲਿਓ ਪੈਸੇ ਪਾ ਕੇ ਤੁਸੀਂ ਕਿਸੇ ਦਾ ਲੋਡ ਕਰ ਰਹੇ ਆ, ਦੈਟ ਡਸ ਮੇਕ ਐਨੀ ਸੈਂਸ। ਉਹ ਤੋਂ ਚੰਗਾ ਤੁਸੀਂ ਘਰ ਬੈਠ ਜਾਓ, ਘੱਟੋ ਘੱਟ ਪੇਮੈਂਟ ਆ, ਪੇਮੈਂਟ ਹੀ ਆ ਨਾ ਜਾਊਗੀ, ਠੀਕ ਹੈ ਨਾ ਜੀ। ਰਿਸਪੋਂਡ ਕੀਤਾ, ਉਹਨਾਂ ਨੇ ਇਹ ਕਿਹਾ ਜਿਹੜੇ ਫਰੇਟ ਰੇਟ ਸਰਵੇ ਦੇ ਵਿੱਚ 2023 ਦੀ ਜਿਹੜੀ ਪਿਕਚਰ ਆ ਉਹ ਬਹੁਤ ਮਾੜੀ ਹੈਗੀ ਆ, 54% ਨੈਗੇਟਿਵ ਫੋਰਕਾਸਟ ਨੂੰ ਪ੍ਰੈਡਿਕਟ ਕਰ ਰਹੇ ਆ। ਸੋ ਕਹਿੰਦੇ ਵੀ ਇਹਦੇ 'ਚ ਕਰਨਾ, ਕਿਉਂਕਿ ਸਾਰਾ ਕੁਛ ਹੀ ਆ, ਰੈਗੂਲੇਸ਼ਨ ਬਹੁਤ ਜ਼ਿਆਦਾ ਚੇਂਜ ਹੋ ਗਈਆਂ, ਸਟ੍ਰਿਕਟ ਹੋਈ ਜਾਂਦੀਆਂ ਆ, ਫਿਊਲ ਦੀਆਂ ਪ੍ਰਾਈਸਿਸ ਵਧੀ ਜਾਂਦੀਆਂ, ਇਨਫਲੇਸ਼ਨ ਕਿੰਨੀ ਵਧੀ ਹੋ ਆ,
ਓਵਰ ਕਪੈਸਿਟੀ ਬਹੁਤ ਆ, ਇਕੋਨਮੀ ਬਹੁਤ ਕੂਲ ਹੋ ਰਹੀ ਆ, ਆਪਾਂ ਦੇਖਿਆ ਹੀ ਆ ਬੜਬੜੀਆਂ ਆਈ ਟੀ ਕੰਪਨੀਆਂ ਨੂੰ ਵੀ ਝਟਕੇ ਲੱਗੇ ਹੋਏ ਆ। ਸੋ ਇਹਦੇ 'ਚ ਜਿਹੜਾ ਸਰਵਾਈਵਲ ਕਰਨ ਲਈ ਸਟ੍ਰੈਟਜੀਜ਼ ਕੀ ਆ ਓਨਰ ਓਪਰੇਟਰਸ ਦੇ ਲਈ, ਉਹਨਾਂ ਨੇ ਕਿਹਾ ਵੀ ਲੋਕ ਵੱਖ ਵੱਖ ਤਰੀਕੇ ਵਰਤ ਰਹੇ ਆ, ਕਈ ਕਹਿ ਰਹੇ ਆ ਵੀ ਜਿਹੜੀ ਉਹਨਾਂ ਦੀ ਆਪਣੀ ਅਥਾਰਟੀ ਆ ਉਹ ਲੀਜ਼ ਕਰਨ ਜਾ ਰਹੇ ਹੈਗੇ ਆ ਹੋਰ ਕਿਸੇ ਕੈਰੀਅਰ ਨੂੰ, ਜਾਂ ਸੈਲ ਕਰਨ ਜਾ ਰਹੇ ਆ, ਜਾਂ ਈਵਨ ਸਵਿਚ ਆਊਟ ਕਰਨ ਜਾ ਰਹੇ ਆ ਆਪਣਾ ਇਕਵਿਪਮੈਂਟ ਨੂੰ। ਤੇ ਮੋਸਟਲੀ ਕਈ ਕਹਿ ਰਹੇ ਵੀ ਆਪਾਂ ਓਰਿਜਨਲੀ ਲੋਕਲੀ ਡਰਾਈਵ ਕਰ ਲਾਂਗੇ ਤਾਂ ਕਿ ਸਾਡਾ ਜਿਹੜਾ ਖਰਚਾ ਆ ਉਹ ਘੱਟ ਹੋਵੇ, ਵਰਕਿੰਗ ਵਿਦ ਡਿਫਰੈਂਟ ਲੇਨਸ ਜਾਂ ਡਾਇਰੈਕਟ ਕੰਟਰੈਕਟ ਸ਼ਿਪਰਸ ਦੇ ਨਾਲ। ਸੋ ਇਹ ਸਾਰਾ ਕੁਛ ਜਿਹੜੇ ਆ ਤਰੀਕੇ ਉਹ ਵਰਤ ਰਹੇ ਹੈਗੇ ਆ।